ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਗਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਚ ਬਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤੇਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਜੀ ਇਤੋ ਪ੍ਰਸੰਗ ਸ਼ਾਹੋ ਢਿੱਗ ਭਇਓ ਜੈ ਸਿੰਘ ਨਿਜ ਘਰ ਕੋ ਚਲ ਗਇਓ ਸੁਧ ਹਿਤ ਆਪਣੇ ਮਨਜ ਪਠਾਏ ਕਹਿਓ ਕੇ ਸੁਨ ਆਵਹੋ ਉਤਲਾਏ ਇਤੋ ਪ੍ਰਸੰਗ ਸ਼ਾਹੋ ਢਿੱਗ ਭਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਨੇ ਸ਼ਾਮਾਂ ਦੇ ਵੇਲੇ ਦੌਰਾਨ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਪਰਸਨਾ ਕੀਤੇ ਹਨ ਔਰ ਅੰਮ੍ਰਿਤਮਈ ਬਾਣੀ ਦੇ ਸ਼ਬਦਾਂ ਦਾ ਰਸ ਪਿੰਨਾ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਗੁਰੂ ਕੇ ਦਰਸ਼ਨ ਦੀਦਾਰੇ ਪਰਸ ਕੇ ਆਪਣੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ। ਗੁਰੂ ਕੀ ਸਤਸੰਗਤ ਕਰਨ ਦਾ ਸੁਭਾਗ ਸਮਾਂ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ ਜਿਵੇਂ ਨੇ ਪਾਵਨ ਪਵਿੱਤਰ ਆਪਾਂ ਪਿੱਛੇ ਲੜੀਵਾਰ ਪ੍ਰਸੰਗ ਸਰਵਣ ਕਰਦੇ ਆ ਰਹੇ ਹਾਂ ਗੁਰ ਇਤਿਹਾਸ ਦੀ ਪਾਵਨ ਕਥਾ ਕਿ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜੀ ਨੇ ਜੋਤੀ ਜੋਤ ਸਮਾਉਣ ਦੀਆਂ ਤਿਆਰੀਆਂ ਕੀਤੀਆਂ ਦਿੱਲੀ ਦੇ ਵਿੱਚ ਬਾਹਰ ਵਾਰ ਯਮੁਨਾ ਤੋਂ ਪਾਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਡੇਰਾ ਕੀਤਾ ਹੈ। ਬੇਅੰਤ ਸਿੱਖ ਸੰਗਤਾਂ ਦਾ ਇਕੱਠ ਹੋਇਆ ਹੈ। ਬੜਾ ਸਿੱਖ ਸੰਗਤਾਂ ਦੇ ਮਨ ਵਿੱਚ ਬੈਰਾਗ ਹੈ। ਤਦੋਂ ਰਾਜਾ ਜੈ ਸਿੰਘ ਚੱਲ ਕੇ ਆਇਆ ਹੈ। ਇਹਨੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਮਿਲਿਆ, ਦਰਸ਼ਨ ਕੀਤਾ ਹੈ। ਤਾਂ ਉਸ ਵੇਲੇ ਇਹਨੇ ਔਰੰਗਜ਼ੇਬ ਵੱਲੋਂ ਬੇਨਤੀ ਕੀਤੀ ਹੈ ਕਿ ਉਹ ਆਪ ਜੀ ਨੂੰ ਮਿਲਣ ਚਾਹੁੰਦਾ ਰਿਹਾ ਹੈ। ਉਹਦੀ ਇੱਛਾ ਪੂਰੀ ਨਹੀਂ ਕੀਤੀ।
ਸਾਰੀ ਦੁਨੀਆ ਦੀਆਂ ਇੱਛਾਵਾਂ ਤੁਸੀਂ ਪੂਰੀਆਂ ਕੀਤੀਆਂ ਨੇ। ਮਹਾਰਾਜ ਸਾਹਿਬ ਕਹਿਣ ਲੱਗੇ ਆ, ਰਾਜਾ ਉਹਦਾ ਮਿਲਣ ਦੇ ਦੋ ਕਾਰਨ ਨੇ ਸਾਡੇ ਨਾਲ। ਇੱਕ ਤਾਂ ਇਹ ਹੈ ਹੁੰਦਾ ਵੀ ਜਿਹੜਾ ਕੋਈ ਸਾਡੇ ਕੋਲ ਆਉਂਦਾ ਉਪਦੇਸ਼ ਲੈਣ ਵਾਸਤੇ ਆਉਂਦਾ ਹੈ। ਜਿਹੜੀ ਉਪਦੇਸ਼ ਦੀ ਗੱਲ ਆ ਉਹ ਅਸੀਂ ਪਹਿਲਾਂ ਹੀ ਉਹਨੂੰ ਦੇ ਦਿੱਤਾ ਵਾ। ਜਦੋਂ ਪਹਿਲਾਂ ਆਇਆ ਸੀ ਬੰਗਲਾ ਸਾਹਿਬ ਅੰਦਰ ਤੇਰੇ ਬੂਹੇ 'ਤੇ, ਅੱਧੀ ਘੜੀ ਖੜੋਤਾ ਰਿਹਾ ਸੀ ਦਰਵਾਜ਼ੇ 'ਤੇ, ਉਦੋਂ ਵੀ ਅਸੀਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸਲੋਕ ਉਹਨੂੰ ਦੇਣਾ ਕੀਤਾ ਸੀ ਲਿਖ ਕੇ, ਕਿ ਜੇ ਉਪਦੇਸ਼ ਮੰਗਦਾ ਤਾਂ ਇਹਨੂੰ ਕਮਾਲ ਹੈ, ਜੇ ਕਮਾਵੇਂਗਾ ਤੇਰਾ ਵਚ ਭਲਾ ਹੋਵੇਗਾ, ਪਰ ਜੇ ਕਮਾਵੇਂਗਾ ਨਹੀਂ ਫੇਰ ਨਹੀਂ ਹੋਵੇਗਾ। ਸੋ ਕਿਆ ਖਾਧਾ ਹੈ ਕਿਆ ਪੈਦਾ ਹੋਏ, ਜਾ ਮਨ ਨਾਹੀ ਸੱਚਾ ਸੋਏ, ਕਿਆ ਮੈਦਾ ਕਿਆ ਘਿਓ ਗੁੜ ਮਿੱਠਾ ਕਹਿ, ਸੋ ਇਸ ਕਿਆ ਕੱਪੜ ਕਿਆ ਭੋਗ ਬਿਲਾਸੀ ਕੀਜੈ ਭੋਗ ਬਿਲਾਸ, ਕਿਆ ਕੱਪੜ ਕਿਆ ਨੇਬ ਖਵਾਸੀ ਕੀਜੈ ਭੋਗ ਬਿਲਾਸ, ਨਾਨਕ ਸੱਚੇ ਨਾਮ ਵਿਣ ਸਭੇ ਟੋਲ ਵਿਨਾਸ। ਇਹ ਅਸੀਂ ਸ਼ਬਦ ਲਿਖ ਕੇ ਦਿੱਤਾ ਸੀ, ਉਪਦੇਸ਼ ਉਹਨੂੰ ਪਹਿਲਾਂ ਦੇ ਦਿੱਤਾ ਹੈ, ਹੁਣ ਉਹਨੂੰ ਉਪਦੇਸ਼ ਦੀ ਲੋੜ ਨਹੀਂ ਹੈ। ਅਤੇ ਦੂਜੀ ਗੱਲ, ਉਹਦੇ ਅੰਦਰ ਜਿਹੜੀ ਹੈ ਉਹ ਕਰਾਮਾਤ ਵੇਖਣੀ ਚਾਹੁੰਦਾ ਹੈ ਗੁਰੂ ਘਰ ਦੀ। ਅਤੇ ਸਾਡੇ ਵੱਡੇ ਭਰਾ ਨੇ ਕੋਲ ਰਹਿ ਕੇ ਕਿੰਨੀ ਵਾਰ ਉਹਨੇ ਪਰਖਿਆ, ਕਿੰਨੀਆਂ ਕਰਾਮਾਤਾਂ ਵੇਖ, 350 ਵਾਰ ਕਰਾਮਾਤ ਵੇਖ ਚੁੱਕਾ ਹੈ, ਅਜੇ ਵੀ ਨਹੀਂ ਰੱਜਿਆ ਅਤੇ ਸਾਥੋਂ ਕੀ ਚਾਹੁੰਦਾ। ਗੁਰੂ ਘਰ ਦੀਆਂ ਕਰਾਮਾਤਾਂ ਉਹਨੇ ਵੇਖ ਲਈਆਂ ਨੇ, ਕਦੇ ਕੁਛ ਬਣਾ ਲਿਆ ਕਦੇ ਕੁਛ ਬਣਾ ਲਿਆ। ਸੋ ਇਸ ਕਰਕੇ ਸਾਡੇ ਨਾਲ ਮਿਲਣਾ ਉਹਦਾ ਸੰਭਵ ਨਹੀਂ। ਹੁਣ ਬਾਕੀ ਸਮਾਂ ਇਹੋ ਜਿਹਾ ਵਾ ਕਿ ਅਸੀਂ ਸ਼ਾਂਤ ਚਾਹੁੰਦੇ ਹਾਂ, ਕੋਈ ਇੱਥੇ ਬਖੇੜਾ ਖੜ੍ਹਾ ਹੋਵੇ ਉਹਦੇ ਆਉਣ ਨਾਲ, ਐ ਰਾਜਾ ਜੈ ਸਿੰਘ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਆਪਣਾ ਉਹ ਹੀ ਸਟੈਂਡ ਬਾਲਾ ਪ੍ਰੀਤਮ ਜੀ ਨੇ ਰੱਖਿਆ, ਨਹੀਂ ਇਹਨੂੰ ਮੱਥੇ ਲਾਇਆ ਜੋ ਗੁਰੂ ਹਰਰਾਏ ਸਾਹਿਬ ਜੀ ਨੇ ਕਿਹਾ ਸੀ ਕਿ ਔਰੰਗਜ਼ੇਬ ਦੇ ਮੱਥੇ ਨਹੀਂ ਲੱਗਣਾ ਹੈ, ਨਾ ਉਹਨੂੰ ਮੱਥੇ ਲਾਉਣਾ ਹੈ। ਮਹਾਰਾਜ ਨੇ ਪ੍ਰਣ ਕੀਤਾ ਸੀ ਨੈ ਮਲੇਸ਼ ਕੋ ਦਰਸ਼ਨ ਦਹਿ। ਸੋ ਉਹਦੇ ਮੁਤਾਬਕ ਸੱਚੇ ਪਾਤਸ਼ਾਹ ਜੀ ਆਪਣੇ ਸਟੈਂਡ 'ਤੇ ਦ੍ਰਿੜ ਰਹੇ, ਪੱਕ ਰਹੇ ਹਨ। ਅਖੀਰ ਤੱਕ ਉਹ ਮਿੰਨਤਾਂ ਤਰਲੇ ਕਰਦਾ ਰਿਹਾ। ਰਾਜੇ ਨੇ ਜਾ ਕੇ ਇਹਨੂੰ ਦੱਸਿਆ ਔਰੰਗਜ਼ੇਬ ਨੂੰ, ਤਾਂ ਚੁੱਪ ਹੋ ਗਿਆ। ਇੰਨੀ ਗੱਲ ਇਹਨੇ ਜ਼ਰੂਰ ਕਹੀ ਹੈ ਕਿ ਚਲੋ ਜਦੋਂ ਹੁਣ ਤੁਸੀਂ ਆਨੇ ਸਰੀਰ ਛੱਡਣ ਦਾ ਸਮਾਂ ਹੈ, ਜਦੋਂ ਸਰੀਰ ਛੱਡ ਦੇਣ ਭਾਵੇਂ ਰਾਤ ਹੋਵੇ ਦਿਨ ਹੋਵੇ ਮੈਨੂੰ ਉਸੇ ਵੇਲੇ ਖਬਰ ਪਹੁੰਚਾਇਓ। ਇਹ ਔਰੰਗਜ਼ੇਬ ਨੇ ਰਾਜੇ ਦੇ ਤਾਂ ਹੀ ਇਹ ਕਿਹਾ ਹੈ। ਇੱਥੋਂ ਤੱਕ ਆਪਾਂ ਪ੍ਰਸੰਗ ਸਰਵਣ ਕੀਤਾ ਹੈ, ਜਿਵੇਂ ਅਗਾਂਹ ਪ੍ਰਸੰਗ ਆ ਰਿਹਾ ਦਿੱਲੀ ਦੀਆਂ ਸੰਗਤਾਂ ਮੁਖੀ ਸਿਆਣੇ ਸਿੱਖ ਆਪ ਜੀ ਨੂੰ ਬੇਨਤੀ ਕਰ ਰਹੇ ਹਨ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਸੰਗ ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਇਤੋ ਪ੍ਰਸੰਗ ਸਾਹੋ ਢਿੱਗ ਭਇਓ, ਇਹਨਾਂ ਕੋ ਪ੍ਰਸੰਗ ਜਿਹੜਾ ਔਰੰਗਜ਼ੇਬ ਦੇ ਕੋਲ ਹੋਇਆ ਹੈ। ਜੈ ਸਿੰਘ ਨਿਜ ਘਰ ਕੋ ਚਲ ਗਇਓ, ਜੈ ਸਿੰਘ ਰਾਜਾ ਇਹਦੇ ਤੋਂ ਹਟ ਕੇ ਆਪਣੇ ਬੰਗਲੇ ਵਿੱਚ ਚਲਾ ਗਿਆ। ਸੁਧ ਹਿਤ ਆਪਣੇ ਮਨ ਚ ਪਠਾਏ, ਤਦੋਂ ਮਹਾਰਾਜ ਜੀ ਦੇ ਕੋਲ ਆਉਣ ਉੱਧਰ ਰਾਤ ਪੈ ਚੁੱਕੀ ਹੈ, ਖਬਰ ਦੇਣ ਵਾਸਤੇ ਖਬਰ ਲੈਣ ਵਾਸਤੇ ਸੱਚੇ ਪਾਤਸ਼ਾਹ ਜੀ ਦੀ ਆਪਣੇ ਮਨੁੱਖੇ ਨੇ ਪਹਿਣਾ ਉੱਥੇ ਭੇਜਣਾ ਕੀਤੇ ਹਨ। ਕਹਿਓ ਕਿ ਸੁਣ ਆਵਹੋ ਉਤਲਾਏ, ਅਰ ਕਿਹਾ ਕਹਿਣ ਲੱਗਾ ਕਿ ਜਦੋਂ ਵੀ ਸੁਣੋ ਤੁਸੀਂ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦੀ ਗੱਲ ਖਬਰ, ਉਸੇ ਵੇਲੇ ਕਾਹਲੀ ਨਾਲ ਦੌੜ ਕੇ ਮੇਰੇ ਕੋਲ ਆਉਣਾ ਦੱਸਣਾ ਹੈ। ਇਸ ਪ੍ਰਕਾਰ ਦਿਨ ਭਇਓ ਬ੍ਰਿਤਾਂਤ, ਇਸ ਤਰੀਕੇ ਨਾਲ ਇਹ ਸਾਰੇ ਦਿਨ ਦਾ ਪ੍ਰਸੰਗ ਇਉਂ ਹੋਇਆ ਹੈ ਸਤਸੰਗ ਜੀ। ਸੰਧਿਆ ਸਮੇਂ ਗੁਰ ਭਗਵੰਤ, ਸੰਧਿਆ ਦੇ ਸਮੇਂ ਹੁਣ ਮਹਾਰਾਜ ਭਗਵੰਤ ਸਰੂਪ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਜੀ। ਦੋਹਰਾ ਸੂਰਜ ਅਸਤਿਓ ਪ੍ਰਾਂਚ ਦਿਸ਼, ਸੂਰਜ ਇਹਨੇ ਸਮੇਂ ਨੂੰ ਛਿਪਦੇ ਵੱਲ ਛੁਪ ਗਿਆ ਹੈ।
ਭਾ ਸੰਧਿਆ ਕੋ ਕਾਲ। ਸੰਧਿਆ ਦਾ ਸਮਾਂ ਆ ਹੋਇਆ ਜਦੋਂ ਜੋੜ ਹੁੰਦਾ, ਨਾ ਹਨੇਰਾ ਹੁੰਦਾ ਨਾ ਰਾਤ ਹੁੰਦੀ ਹੈ। ਦਿਨ ਲੱਗ ਚੁੱਕਾ ਹੁੰਦਾ ਹੈ ਅਤੇ ਰਾਤ ਸ਼ੁਰੂ ਹੋਣ ਵਾਲੀ ਹੁੰਦੀ ਹੈ, ਲੋ ਜੀ ਹੁੰਦੀ ਹੈ, ਉਹ ਸਮਾਂ ਹੋ ਗਿਆ ਹੈ। ਆਏ ਜਾਏ ਸਿੱਖ ਪੁਰੀ ਤੇ। ਸਿੱਖ ਸੰਗਤਾਂ ਬਹੁਤ ਜ਼ਿਆਦਾ ਦਿੱਲੀ ਸ਼ਹਿਰ ਤੋਂ ਕੁਝ ਆ ਰਹੀਆਂ ਨੇ, ਕੁਝ ਵਾਪਸ ਜਾ ਰਹੀਆਂ ਹਨ ਦਰਸ਼ਨ ਕਰਕੇ। ਦਰਸ਼ਤ ਗੁਰੂ ਕਿਰਪਾਲ। ਕਿਰਪਾਲੂ ਸਤਿਗੁਰੂ ਜੀ ਦੇ ਦਰਸ਼ਨ ਦੀਦਾਰੇ ਕਰ ਰਹੀਆਂ ਹਨ। ਚੌਪਈ ਬ੍ਰਿੰਦ ਮਸੰਦ ਥਿਰੇ ਸਭ ਆਏ। ਉਦੋਂ ਬਹੁਤ ਜ਼ਿਆਦਾ ਉਸ ਵੇਲੇ ਮੁਖੀ ਸਿੱਖ ਜਿਹੜੇ ਸੀ ਮੁਖੀ ਇਕੱਠੇ ਹੋ ਕੇ ਮਹਾਰਾਜ ਜੀ ਦੇ ਕੋਲ ਖੜੋ ਗਏ ਹਨ। ਜੇ ਗੁਰਬਖਸ਼ ਆਦਿ ਮੁਖ ਗਾਏ। ਜਿਨ੍ਹਾਂ ਦੇ ਵਿੱਚ ਮੁਖੀ ਕਹੇ ਜਾਂਦੇ ਹਨ ਭਾਈ ਗੁਰਬਖਸ਼ ਆਦਿਕ। ਅੰਤਰ ਵਹਿਰ ਭੀਰ ਬਹੁ ਹੋਈ। ਇਉਂ ਮਹਾਰਾਜ ਸਾਹਿਬ ਜੀ ਦੇ ਕੋਲ ਅੰਦਰ ਬਾਹਰ ਵਿਹੜੇ ਵਿੱਚ ਬਹੁਤ ਜ਼ਿਆਦਾ ਸਿੱਖ ਸੰਗਤਾਂ ਦੀ ਭੀੜ ਹੋ ਗਈ ਹੈ। ਧਰੇ ਸ਼ੋਕ ਬੋਲਤ ਨਹਿ ਕੇ। ਬਹੁਤ ਜ਼ਿਆਦਾ ਮਨ ਵਿੱਚ ਅਫਸੋਸ ਹੈ ਸੰਗਤਾਂ ਦੇ ਕਿ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਰੋਪ ਹੋ ਜਾਣਗੇ। ਕੋਈ ਕਿੰਨੇ ਕਿਉਂ ਚੁੱਪ ਹੀ ਹੈ ਅਤੇ ਕੋਈ ਨਹੀਂ ਬੋਲਦਾ ਹੈ। ਦਰਸ਼ਨ ਕਰਹਿ ਵਹਿਰ ਥਿਰ ਹੋਏ। ਮਹਾਰਾਜ ਜੀ ਦੇ ਆਉਂਦਿਆਂ ਦਰਸ਼ਨ ਕਰਕੇ ਅੰਦਰ ਤੰਬੂ ਵਿੱਚ, ਫਿਰ ਬਾਹਰ ਜਿੱਥੇ ਕਨਾਤਾਂ ਲੱਗੀਆਂ ਵਿਹੜੇ ਵਿੱਚ ਪੰਡਾਲ ਸਜਿਆ, ਉੱਥੇ ਬੈਠ ਜਾਂਦੀ ਹੈ ਸੰਗਤ। ਵਾਹਿਗੁਰੂ ਸਿਮਰਤ ਸਭ ਕੋਏ। ਸਭ ਕੋਈ ਉੱਥੇ ਸਤਨਾਮ ਵਾਹਿਗੁਰੂ ਦਾ ਬੈਠ ਕਰਕੇ ਸੰਗਤ ਜਾਪ ਕਰ ਰਹੀ ਹੈ। ਪੁਰਕੀ ਸੰਗਤ ਕੇ ਸਿੱਖ ਸਿਆਣੇ। ਕਿੰਨੇ ਕੁ ਦਿੱਲੀ ਸ਼ਹਿਰ ਦੀ ਸੰਗਤ ਵਿੱਚੋਂ ਜਿਹੜੇ ਸਿਆਣੇ ਸਿਆਣੇ ਸਿੱਖ ਸਨ। ਗੁਰ ਚਰਿੱਤਰ ਤੇ ਉਰ ਬਿਸਮਾਨੇ। ਇਹ ਸਤਿਗੁਰੂ ਜੀ ਦਾ ਇਉਂ ਜੋਤੀ ਜੋ ਸਮਾਉਣ ਦਾ ਕੌਤਕ ਵੇਖ ਕੇ ਬੜੇ ਮਨ ਵਿੱਚ ਹੈਰਾਨ ਹੋ ਰਹੇ ਨੇ। ਸਭ ਗੁਰਬਖਸ਼ ਸੰਗ ਮਿਲ ਕਹਿਓ। ਉਹਨਾਂ ਸਾਰੇ ਸਿਆਣਿਆਂ ਨੇ ਹੁਣ ਭਾਈ ਗੁਰਬਖਸ਼ ਜੀ ਮੁਖੀ ਦੇ ਨਾਲ ਮਿਲ ਕੇ ਕਹਿਣਾ ਕੀਤਾ ਹੈ। ਅਬ ਮਿਲ ਗੁਰ ਦਰਸ਼ਨ ਕੋ ਲਹਿਓ। ਕਿ ਹੁਣ ਆਪਾਂ ਨੂੰ ਮਿਲ ਪਏ ਸਤਿਗੁਰੂ ਜੀ ਦੇ ਦਰਸ਼ਨ ਮਿਲ ਰਹੇ ਹਨ, ਆਪਾਂ ਪ੍ਰਾਪਤ ਕਰ ਰਹੇ ਹਾਂ ਹੁਣ ਇਸ ਵੇਲੇ। ਸਮਾਂ ਕਹਿਣ ਕੋ ਲਖ ਮਨ ਮਾਹੀ। ਕੁਝ ਨਾ ਕੁਝ ਬੇਨਤੀ ਕਰਨ ਦਾ ਸਮਾਂ ਹੈ, ਮਨ ਵਿੱਚ ਜਾਣ ਲਵੋ ਜੋ ਜ਼ਰੂਰੀ ਹੈ। ਬੁਝ ਹੋ ਸਕਲ ਹੋਏ ਕਰ ਪਾਹੀ। ਆਪਾਂ ਸਾਰੇ ਭਾਈ ਸਾਹਿਬ ਜੀ ਸਤਿਗੁਰਾਂ ਦੇ ਕੋਲ ਹੋ ਕੇ ਜ਼ਰੂਰ ਪੁੱਛਣਾ ਕਰੀਏ ਕੁਝ ਨਾ ਕੁਝ। ਜਬ ਹੋਏ ਜੈ ਹੈ ਅੰਤਰ ਧਿਆਨ। ਜਦੋਂ ਸਤਿਗੁਰੂ ਜੀ ਅੰਤਰ ਧਿਆਨ ਹੋ ਜਾਣਗੇ, ਅਲੋਪ ਹੋ ਜਾਣਗੇ। ਹਿਰਦੇ ਬੇਸੂਰਤ ਰਹੋ ਮਹਾਨ। ਫਿਰ ਬਹੁਤ ਜ਼ਿਆਦਾ ਮਨ ਵਿੱਚ ਆਪਾਂ ਝੂਰਦੇ ਹੀ ਰਹਿ ਜਾਵਾਂਗੇ। ਅੱਗੇ ਆਪਾਂ ਨੂੰ ਨਵੇਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਕੋਈ ਪ੍ਰਗਟ ਨਹੀਂ ਕੀਤੇ ਹਨ ਅਜੇ ਤੱਕ। ਨਹੀਂ ਸੰਦੇਹ ਹੋਏ ਜਿਸ ਭਾਂਤ। ਜਿਸ ਤਰੀਕੇ ਨਾਲ ਕੋਈ ਵੀ ਬਾਅਦ ਵਿੱਚ ਇਹਨਾਂ ਦੇ ਸਰੀਰ ਛੱਡਣ ਤੋਂ ਕੋਈ ਆਪਾਂ ਨੂੰ ਸ਼ੰਕਾ ਨਾ ਹੋਵੇ, ਸੰਗਤ ਜਿਹੜੀ ਹੈ ਉਹ ਭਰੋਸੇ ਦੇ ਵਿੱਚ ਰਵੇ। ਸੁਣਿਆ ਹੈ ਗੁਰੂ ਬਾਕ ਬਖਿਆਤ। ਜਦੋਂ ਆਪਾਂ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਪ੍ਰਗਟ ਬਚਨ ਸੁਣ ਲਵਾਂਗੇ ਇਸ਼ਾਰਾ। ਜਥਾ ਕਰਨ ਅਰਦਾਸ ਅਗਾਰੀ। ਇਸ ਕਰਕੇ ਆਪਾਂ ਨੂੰ ਚਾਹੀਦਾ ਜਿਵੇਂ ਵੀ ਹੁਣ ਕਰੀਏ ਅਰਦਾਸ, ਬੇਨਤੀ ਕਰਨੀ ਪਵੇ ਸਤਿਗੁਰਾਂ ਦੇ ਅੱਗੇ, ਉਹ ਕਰਨਾ ਕਰੀਏ। ਮਿਲ ਸਭ ਹੂੰ ਤਿਮ ਭਲੇ ਵਿਚਾਰੀ। ਮਿਲ ਕਰਕੇ ਸਾਰੇ ਸਿੱਖਾਂ ਨੇ, ਬੜੇ ਸੁਚੇਤ ਸਿੱਖ ਸਨ ਸੋ ਦਿੱਲੀ ਦੇ, ਸਾਰਿਆਂ ਨੇ ਮਿਲ ਕੇ ਭਲੇ ਚੰਗੀ ਤਰ੍ਹਾਂ ਇਹ ਵਿਚਾਰ ਕੀਤੀ ਵੀ ਆਪਾਂ ਨੂੰ ਹੁਣ ਅਰਦਾਸ ਕਰਨੀ ਚਾਹੀਦੀ ਹੈ। ਤਬ ਗੁਰਬਖਸ਼ ਭਲੇ ਸਮਝ ਆਇਓ। ਤਦੋਂ ਭਾਈ ਗੁਰਬਖਸ਼ ਜੀ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਸਮਝਾਉਣਾ ਕੀਤਾ, ਹਾਂ ਵੀ ਗੱਲ ਠੀਕ ਹੈ ਪਰ ਆਪਾਂ ਇਸ ਤਰ੍ਹਾਂ ਪ੍ਰੇਮ ਨਾਲ ਮਹਾਰਾਜ ਜੀ ਨੂੰ ਕਹਿ ਸਕਦੇ ਹਾਂ। ਜਿਵੇਂ ਇਸ ਸਮੇਂ ਕਹਿਣ ਬਣ ਆਇਓ। ਜਿਵੇਂ ਇਸ ਸਮੇਂ ਅਫਸੋਸ ਦਾ ਸਮਾਂ ਹੈ, ਜਿਵੇਂ ਕਹਿਣਾ ਬਣ ਆਉਂਦਾ ਆਪਾਂ ਨੂੰ। ਠਹਿਰਿਓ ਮਤ ਜਿਮ ਸਭਹਿਨ ਕੇਰਾ। ਜਿਵੇਂ ਤੁਹਾਡਾ ਸਾਰਿਆਂ ਦਾ ਮਤਾ ਸਲਾਹ ਬਣੀ ਹੋਈ ਹੈ। ਕਹਿਬੇ ਹਿਤ ਅਗੇਰ ਸੋ ਪ੍ਰੇਰਾ। ਸੋ ਉਹ ਕਹਿਣ ਵਾਸਤੇ ਉਹਨਾਂ ਨੇ ਸਾਰੇ ਅਤੇ ਭਾਈ ਗੁਰਬਖਸ਼ ਜੀ ਨੂੰ ਇਹ ਪ੍ਰੇਰ ਦਿੱਤਾ ਵੀ ਤੁਸੀਂ ਸਾਡੇ ਵੱਲੋਂ, ਅਸੀਂ ਤੁਹਾਡੇ ਨਾਲ ਹਾਂ,
ਸਾਰੀ ਸੰਗਤ ਵੱਲੋਂ ਤੁਸੀਂ ਮੂਹਰੇ ਹੋ ਕੇ ਮਹਾਰਾਜ ਜੀ ਨੂੰ ਇਹ ਅਰਦਾਸ ਬੇਨਤੀ ਕਹਿਣਾ ਕਰੋ। ਭਏ ਸੰਗ ਤਿਸ ਕੇ ਸਿੱਖ ਸਿਆਣੇ। ਤਦੋਂ ਉਸ ਵੇਲੇ ਸਾਧ ਸੰਗਤ ਜੀ ਸਾਰੇ ਸਿਆਣੇ ਸਿਆਣੇ ਸਿੱਖ ਭਾਈ ਗੁਰਬਖਸ਼ ਜੀ ਦੇ ਪਿੱਛੇ ਨਾਲ ਹੋ ਗਏ ਹਨ। ਗੁਰ ਮਿਰਜਾਦ ਜੇ ਚਹਿਤ ਮਹਾਨੇ। ਜਿਹੜੇ ਚਾਹੁੰਦੇ ਹਨ ਕਿ ਗੁਰੂ ਮਹਾਰਾਜ ਜੀ ਦੀ ਗੱਦੀ ਦੀ ਮਰਿਆਦਾ ਜਿਹੜੀ ਹੈ ਇਹ ਸੰਸਾਰ ਵਿੱਚ ਬੜੀ ਸੁੰਦਰ ਚੱਲਦੀ ਰਵੇ। ਆਗੇ ਸਤਿਗੁਰ ਕੀ ਨਸ ਤਿਆਰੇ। ਅੱਗੇ ਮਹਾਰਾਜ ਜੀ ਨੇ ਅੰਦਰ ਪਹਿਲਾਂ ਹੀ ਤਿਆਰੀ ਕੀਤੀ ਹੋਈ ਹੈ। ਕੁਛ ਕੋ ਆਸ ਤਰਨ ਛਿਤ ਡਾਰੇ। ਕੁਝ ਕੋ ਜਿਹੜਾ ਥੱਲੇ ਆਸਣ ਆ ਨਾ ਚਿੱਟਾ ਬਸਤਰ ਵਿਛਾਇਆ ਹੋਇਆ ਆਪਣੇ ਆਸਣ ਤੋਂ ਥੱਲੇ ਧਰਤੀ ਤੇ। ਦਾਸਨ ਸੋ ਕਹਿ ਕਹਿ ਕਰਵਾਵੇ। ਆਪਣੇ ਸੇਵਕਾਂ ਨੂੰ ਕਹਿ ਕਹਿ ਕੇ ਮਹਾਰਾਜ ਤਿਆਰੀ ਕਰਵਾ ਰਹੇ ਹਨ। ਸੁਨਤ ਬਿਲੋਚਨ ਜਲ ਦ੍ਰਿਗ ਛਾਵੇ। ਸੁਣ ਕਰਕੇ ਸਿੱਖਾਂ ਦੇ ਕੰਨਾਂ ਵਿੱਚ ਜਦੋਂ ਮਹਾਰਾਜ ਕਹਿੰਦੇ ਆ ਵੀ ਇਉਂ ਤਿਆਰੀ ਕਰ ਲਓ ਇਉਂ ਠੀਕ ਹੈ ਅਸੀਂ ਜੋਤੀ ਜੋਤ ਸਮਾਉਣਾ ਹੈ ਤੇ ਉਸ ਵੇਲੇ ਨੇਤਰਾਂ ਵਿੱਚ ਉਹ ਜਲ ਵਹਿ ਤੁਰਦਾ ਵਿਰਾਗ ਦਾ ਸੁਣ ਕੇ। ਘਟਕਾ ਚਾਰ ਬਤੀਤਨ ਕਰੇ। ਸੋ ਉਸ ਵੇਲੇ ਜਦੋਂ ਚਾਰ ਘੜੀਆਂ ਸਾਧ ਸੰਗਤ ਜੀ ਰਾਤ ਬਤੀਤ ਹੋਈ ਹੈ ਤਬ ਗੁਰਬਖਸ਼ ਅਗਰ ਹੋਏ ਖਰੇ। ਉਸ ਵੇਲੇ ਭਾਈ ਗੁਰਬਖਸ਼ ਜੀ ਸਿੱਖਾਂ ਸਮੇਤ ਅੱਗੇ ਹੋ ਕੇ ਸਾਰਿਆਂ ਤੋਂ ਮਹਾਰਾਜ ਜੀ ਦੇ ਅੱਗੇ ਹੋ ਕੇ ਹੱਥ ਜੋੜ ਕੇ ਖੜੋ ਗਏ ਹਨ। ਸਭ ਕੇ ਹਿੱਤ ਕੀ ਸ਼ੁਭ ਅਰਦਾਸ। ਉਸ ਵੇਲੇ ਸਾਰਿਆਂ ਦੇ ਭਲੇ ਦੀ ਸੰਗਤਾਂ ਦੇ ਜੋ ਸੋਹਣੀ ਅਰਦਾਸ ਬੇਨਤੀ ਸੀ। ਕਰੀ ਗੁਰੂ ਕੇ ਪਾਸ ਪ੍ਰਕਾਸ਼। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਚਰਨਾਂ 'ਚ ਪ੍ਰਗਟੀ ਕਹਿਣ ਲੱਗੇ ਹਨ ਕੀਤੀ ਹੈ। ਪ੍ਰਥਮ ਲੀਏ ਸਭ ਗੁਰ ਕੇ ਨਾਮ। ਪਹਿਲਾਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੋਂ ਲੈ ਕੇ ਪਹਿਲੇ ਸਾਰੇ ਸਤਿਗੁਰਾਂ ਦੇ ਨਾਮ ਉਚਾਰਨ ਕੀਤੇ ਹਨ। ਜਿਨ ਕੋ ਸੁਜਸ ਜਗਤ ਅਭਿਰਾਮ। ਜਿਨ੍ਹਾਂ ਪਹਿਲੇ ਵੱਡੇ ਸਤਿਗੁਰਾਂ ਦਾ ਸੋਹਣਾ ਜਸ ਸੰਸਾਰ ਦੇ ਵਿੱਚ ਫੈਲ ਰਿਹਾ ਹੈ। ਸਭ ਸੰਗਤ ਕੀ ਬਿਨੈ ਸੁਨੀਜੈ। ਉਸ ਵੇਲੇ ਫਿਰ ਕਿਹਾ ਜਦੋਂ ਆਪ ਜੀ ਦੇ ਨਾਮ 'ਤੇ ਗੱਲ ਆ ਗਈ ਅਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਨਾਮ ਲੈ ਕੇ ਕਹਿੰਦੇ ਸਤਿਗੁਰੂ ਜੀ ਸਾਰੀ ਸੰਗਤ ਦੀ ਇਸ ਵੇਲੇ ਬੇਨਤੀ ਹੈ ਤੁਹਾਡੇ ਚਰਨਾਂ 'ਚ ਉਹ ਸੁਣਨਾ ਕਰੋ ਜੀ। ਬਿਰਦ ਕਿਰਪਾਲ ਕਿਰਪਾ ਨਿਜ ਕੀਜੈ। ਆਪ ਜੀ ਦਾ ਕਿਰਪਾਲੂ ਸੁਭਾਅ ਹੈ ਅਤੇ ਕਿਰਪਾ ਆਪਣੀ ਸਾਡੇ ਉੱਪਰ ਕਰਨਾ ਕਰੋ ਜੀ। ਹੁਣ ਸਪਤਮ ਸਤਿਗੁਰ ਸ਼੍ਰੀ ਹਰਿ ਰਾਏ। ਕਿ ਜਿਸ ਵੇਲੇ ਸੱਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੇ ਸੁਤ ਤਜ ਬਡੋ ਨ ਉਚਿਤ ਲਖਾਏ। ਆਪਣੇ ਵੱਡੇ ਸਪੁੱਤਰ ਨੂੰ ਛੱਡ ਦਿੱਤਾ ਤਿਆਗ ਦਿੱਤਾ ਗੁਰੂ ਘਰ ਤੋਂ ਜਦੋਂ ਯੋਗ ਨਾ ਜਾਣਿਆ। ਆਪਣੇ ਬਦਨ ਲਗਾਇਵ ਨਹੀਂ। ਆਪਣੇ ਮੂੰਹ ਨਹੀਂ ਲਾਉਣਾ ਕੀਤਾ ਸੱਚੇ ਪਾਤਸ਼ਾਹ ਨੇ ਬੇਦਖਲ ਕਰ ਦਿੱਤਾ ਸੀ ਗੁਰੂ ਘਰ ਤੋਂ ਇਹਨੂੰ। ਗੁਰਤਾ ਦੇਣੀ ਤੋ ਕਿਤ ਰਹੀ। ਮਹਾਰਾਜ ਜੀ ਗੁਰਿਆਈ ਗੱਦੀ ਦੇਣੀ ਤਾਂ ਕਿਤੇ ਰਹਿ ਗਈ ਇੱਕ ਪਾਸੇ। ਤੁਮ ਕੋ ਨਿਜ ਅਸਥਾਨ ਬਿਠਾਏ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਤੁਹਾਨੂੰ ਆਪਣੇ ਸਥਾਨ ਤੇ ਫਿਰ ਬਿਠਾਉਣਾ ਕੀਤਾ। ਸਭ ਬਿਧ ਉਚਿਤ ਜਾਣ ਹਰ ਖਾਏ। ਸਾਰੇ ਤਰੀਕਿਆਂ ਨਾਲ ਯੋਗ ਜਾਣ ਕੇ ਮਹਾਰਾਜ ਤੁਹਾਡੇ ਤੇ ਪ੍ਰਸੰਨ ਹੋਏ ਸਨ। ਕਿਤਕ ਮਾਸ ਜੁਗ ਸੰਮਤ ਬੀਤੇ। ਤਾਂ ਤੁਹਾਨੂੰ ਗੁਰਿਆਈ ਕਰਦਿਆਂ ਨੂੰ ਕਿਤਕ ਮਾਸ ਜੁਗ ਸੰਮਤ ਬੀਤੇ ਭਾਵ 2 ਸਾਲ ਅਤੇ 6 ਮਹੀਨੇ ਬਤੀਤ ਹੋ ਗਏ ਹਨ। ਜਬ ਕੇ ਜਗਤ ਗੁਰੂ ਤੁਮ ਕੀਤੇ। ਜਦੋਂ ਦੇ ਉਹਨਾਂ ਨੇ ਤੁਹਾਨੂੰ ਜਗਤ ਦੇ ਪੂਜਨੀਕ ਗੁਰੂ ਬਣਾਇਆ ਹੋਇਆ ਭਾਵ ਤੁਹਾਨੂੰ ਗੁਰਿਆਈ ਬਖਸ਼ੀ ਸੀ। ਤਬ ਕੀ ਸੰਗਤ ਸਰਬ ਸੰਭਾਲੀ। ਤਦੋਂ ਦੀ ਆਪ ਜੀ ਨੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਸਾਧ ਸੰਗਤ ਜੀ ਆਪ ਜੀ ਦਾ ਜੁਲਾਈ 7 ਦੇ ਕਰੀਬ ਸੰਨ 1656 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਅਵਤਾਰ ਹੁੰਦਾ ਹੈ ਅਤੇ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ 5 ਸਾਲ ਤੋਂ ਵੀ ਘੱਟ ਹੀ ਸਨ। ਸੱਚੇ ਪਾਤਸ਼ਾਹ ਜੀ ਨੇ ਜਦੋਂ ਗੁਰਿਆਈ ਪ੍ਰਾਪਤ ਹੋਈ ਹੈ ਆਪ ਜੀ ਨੂੰ ਇਸ ਤਰੀਕੇ ਨਾਲ 1 ਅਕਤੂਬਰ 7 ਦੇ ਵਿੱਚ ਸੰਨ 1661 ਨੂੰ 7 ਅਕਤੂਬਰ ਨੂੰ ਗੁਰਿਆਈ ਪ੍ਰਾਪਤ ਹੋਈ ਸੀ ਅਤੇ ਹੁਣ
ਸੰਨ 1664 ਹੋ ਗਿਆ, 30 ਮਾਰਚ ਵਾਲੀ ਇਹ ਰਾਤ ਜਦੋਂ ਜੋਤੀ ਜੋਤ ਸਮਾ ਰਹੇ ਹਨ ਸੱਚੇ ਪਾਤਸ਼ਾਹ। ਇਉਂ ਆਪ ਜੀ ਨੇ 4.5 ਸਾਲ ਦੀ ਉਮਰ ਵਿੱਚ ਗੁਰੂ ਬਣੇ। ਮਹਾਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਇਹ ਤਖ਼ਤ 'ਤੇ ਸੁਭਾਏ ਮਾਨ ਹੋਏ ਔਰ ਬਾਲਾ ਪ੍ਰੀਤਮ ਖਵਾਏ ਅਤੇ 2.5 ਕੁ ਸਾਲ ਆਪ ਜੀ ਨੇ ਸੋ ਗੁਰਿਆਈ ਕੀਤੀ ਹੈ। ਇਹ ਇਉਂ ਇਹ ਭਾਈ ਗੁਰਬਖਸ਼ ਜੀ ਜਿਹੜੇ ਸਿਆਣੇ ਨੇ ਮੁਖੀ ਸਿੱਖ, ਇਹ ਕਹਿ ਰਹੇ ਹਨ ਫਿਰ ਪੜੋ ਜੀ। ਤਬ ਕੀ ਸੰਗਤ ਸਰਬ ਸੰਭਾਲੀ, ਤਦੋਂ ਦੀ ਜਦੋਂ ਦੇ ਆਪ ਜੀ ਸੁਭਾਏ ਮਾਨੋ ਸਾਰੀ ਸੰਗਤ ਅਡੋਲ ਰੱਖੀ, ਸੰਭਾਲ ਕੇ ਰੱਖੀ। ਆਪ ਜੀ ਨੇ ਸੁੰਦਰ ਉਪਦੇਸ਼ ਦਿੱਤਾ ਹੈ, ਸਿੱਖੀ ਰੀਤ ਭਲੇ ਪ੍ਰਤਪਾਲੀ। ਜੋ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਤੋਰੀ ਹੋਈ ਇਹ ਸਿੱਖੀ ਆ ਨਾ, ਰਹਿਤ ਮਰਜ਼ਾਦਾ, ਇਹਨੂੰ ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਪਾਲਣਾ ਕੀਤਾ ਹੈ, ਸਿੱਖਾਂ ਦੇ ਵਿੱਚ ਹੋਰ ਅੱਗੇ ਪ੍ਰਫੁੱਲਤ ਕੀਤਾ ਹੈ। ਚਹਿਤ ਭਏ ਅਬ ਅੰਤਰ ਧਿਆਨ, ਹੁਣ ਆਪ ਜੀ ਚਾਹੁੰਦੇ ਹੋ ਕਿ ਅੰਤਰ ਧਿਆਨ ਹੋ ਜਾਣਾ। ਨਹੀਂ ਬਿਠਾਇਓ ਕੋ ਨਿਜ ਥਾਨ, ਅਤੇ ਆਪ ਜੀ ਨੇ ਗਾਂ ਸੋ ਆਪਣੇ ਥਾਂ 'ਤੇ ਕੋਈ ਨਹੀਂ ਬਿਠਾਉਣਾ ਕੀਤਾ ਹੈ। ਅਬ ਸਭ ਸੰਗਤ ਮਿਲੀ ਬਸੂਰਤ, ਹੁਣ ਸਾਰੀ ਸੰਗਤ ਇਕੱਠੀ ਹੋ ਕੇ ਇਸ ਗੱਲ ਨੂੰ ਬਹੁਤ ਜ਼ਿਆਦਾ ਸੋਚ ਰਹੀ ਹੈ। ਨਹਿਨ ਬਿਲੋਕ ਹੈਂਗੇ ਤੁਮ ਮੂਰਤ, ਜਦੋਂ ਤੁਹਾਡਾ ਅੱਗੇ ਨਵਾਂ ਸਰੂਪ ਕੋਈ ਨਾ ਵੇਖਾਂਗੇ ਅਸੀਂ ਤਾਂ। ਰਾਵਰ ਨੇ ਕਿਸ ਕੇ ਲੜ ਲਾਈ, ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਨੇ ਸੰਗਤ ਕਿਹਦੇ ਲੜ ਲਾਉਣਾ ਕੀਤੀ ਹੈ, ਗਾਂ ਨੂੰ ਕਿਹਦਾ ਲੜ ਫੜਾਇਆ ਹੈ। ਰੀਤ ਪ੍ਰਥਮ ਗੁਰੂਆਂ ਚਲ ਆਈ, ਜੋ ਪਹਿਲੇ ਗੁਰੂ ਸਾਹਿਬਾਨਾਂ ਤੋਂ ਲੈ ਕੇ ਮਰਜ਼ਾਦਾ ਚੱਲੀ ਆਉਂਦੀ ਹੈ। ਕਰਹੋ ਆਪ ਭੀ ਤਿਨਹੋ ਸਮਾਨ, ਆਪ ਜੀ ਵੀ ਉਹਨਾਂ ਦੀ ਨਿਆਈ ਕਰਨਾ ਕਰੋ ਹੁਣ। ਜਿਸ ਤੇ ਸਿੱਖੀ ਰਹੇ ਜਹਾਨ, ਜਿਸ ਕਰਕੇ ਗੁਰੂ ਨਾਨਕ ਦੇਵ ਜੀ ਦੀ ਮਹਾਨ ਸਿੱਖੀ ਗੁਰਿਆਈ ਸੰਸਾਰ ਵਿੱਚ ਕਾਇਮ ਰਹਿ ਆਵੇ। ਜੇ ਨਾ ਕਰੋਗੇ ਪੂਰਬ ਰੀਤ, ਜੇ ਪਹਿਲੀ ਮਰਜ਼ਾਦਾ ਅਨੁਸਾਰ ਪਹਿਲੇ ਗੁਰੂਆਂ ਵਾਂਗ ਹੁਣ ਤੁਸੀਂ ਨਾ ਕਰੋਗੇ, ਨਾ ਕਿਸੇ ਨੂੰ ਥਾਪੋਗੇ ਤਾਂ। ਜਾਨੀ ਪਰ ਹੈ ਸੋ ਹੋਏ ਵਿਪਰੀਤ, ਮਹਾਰਾਜ ਜੀ ਇਹ ਜਾਣੀ ਦੀ ਹੈ ਫਿਰ ਬਹੁਤ ਉਲਟ ਗੱਲ ਹੋ ਜਾਵੇਗੀ। ਵਿਚਲ ਜਾਏਗੀ ਸੰਗਤ ਸਾਰੀ, ਜਿੰਨੀ ਸੰਗਤ ਨਾ ਗੁਰੂ ਨਾਨਕ ਨਾਮ ਲੇਵਾ ਉਹ ਸਾਰੀ ਵਿਚਾਰੀ ਭਰਮ ਜਾਵੇਗੀ। ਕੇਚਿਤ ਹੋਏ ਮੀਣਨ ਅਨੁਸਾਰ, ਕਿੰਨੀ ਕੁ ਸੰਗਤ ਆ ਜਿਹੜੀ ਹੈ ਉਹ ਮੀਣਿਆਂ ਦੇ ਅਨੁਸਾਰ ਪ੍ਰਿਥੀ ਚੰਦ ਦੀ ਔਲਾਦ ਵੱਲ ਨੂੰ ਹੋ ਤੁਰੇਗੀ। ਧੀਰ ਮਲ ਕੋ ਮਨ ਹੈ ਗੋਈ, ਕੋਈ ਜਿਹੜਾ ਧੀਰ ਮਲ ਨੂੰ ਸੋਢੀ ਜਾਣ ਕੇ ਗੁਰੂ ਕੀ ਅੰਸ ਬੰਸ਼ ਵਿੱਚੋਂ ਕਰਤਾਰਪੁਰ ਬੈਠਾ ਜਿਹੜਾ ਡੇਰਾ ਲਾ ਕੇ ਉਹਨੂੰ ਮੰਨਣ ਲੱਗ ਜਾਵੇਗੀ, ਕੁਝ ਉਧਰ ਨੂੰ ਹੋ ਤੁਰੇਗੀ। ਕੋ ਸਿੱਖ ਰਾਮ ਰਾਏ ਕੋ ਹੋਈ, ਕੋਈ ਸਿੱਖ ਜਿਹੜਾ ਰਾਮ ਰਾਏ ਇੱਥੇ ਜੀ ਨੇ ਬਹੁਤ ਕਰਾਮਾਤਾਂ ਵਿਖਾਈਆਂ, ਦਿੱਲੀ 'ਚ ਹੀ ਬੈਠਾ ਹੈ, ਸੋ ਕੋਈ ਉਹਦੇ ਵੱਲ ਨੂੰ ਹੋ ਜਾਵੇਗਾ ਸਿੱਖ ਵੀ, ਉਹਦੇ 'ਚ ਬੜੀਆਂ ਸ਼ਕਤੀਆਂ, ਉਹਦੇ ਪਹਿਲਾਂ ਹੀ ਕੰਨ ਖੜੇ ਹਨ। ਇਤਿਹਾਦਿਕ ਸੋਢੀ ਜੇ ਔਰ, ਇਤਿਹਾਦਿਕ ਜਿਹੜੇ ਹੋਰ ਵੀ ਸੋਢੀ ਹਨ ਮਹਾਰਾਜ ਸਾਹਿਬ ਜੀ, ਕੋਈ ਆਸੇ ਪਾਸੇ ਬੈਠੇ ਲੁਕੇ ਛੁਪੇ, ਲੈ ਬਿਰਮਾਏ ਆਪਣੀ ਠੌਰ, ਉਹ ਆਪਣੀ ਆਪਣੀ ਵੱਲ ਸੋ ਸੰਗਤਾਂ ਨੂੰ ਪਰਮਾ ਲੈਣਗੇ, ਸੱਦ ਲੈਣਗੇ। ਬਿਨ ਗੁਰ ਸੰਗਤ ਹੋਵੇ ਥਿਰ ਕੋਏ ਨ, ਸੋ ਬਿਨਾਂ ਸੱਚੇ ਗੁਰੂ ਤੋਂ ਸੰਗਤ ਕਿਤੇ ਨਹੀਂ ਟਿਕੇਗੀ, ਸੋ ਜਦੋਂ ਗੁਰੂ ਸਾਹਿਬ ਨਹੀਂ ਹੋਣਗੇ ਪ੍ਰਤੱਖ ਫਿਰ ਸੰਗਤ ਕਿੱਥੇ ਟਿਕੇਗੀ, ਸੰਗਤ ਕਿਤੇ ਵੀ ਟਿਕੇਗੀ ਨਹੀਂ। ਜਥਾ ਨ੍ਰਿਪਤ ਬਿਨ ਸੈਨਾ ਹੋਏ ਨ, ਸੱਚੇ ਪਾਤਸ਼ਾਹ ਜੀ ਜਿਵੇਂ ਰਾਜੇ ਤੋਂ ਬਿਨਾਂ ਰਾਜਾ ਹੋਵੇ ਨਾ ਸੈਨਾ ਕਾਹਦੀ ਹੁੰਦੀ ਹੈ, ਐਸੀ ਹਾਲਤ ਸੰਗਤ ਦੀ ਹੋ ਜਾਵੇਗੀ। ਰਹਿ ਨ ਜਬ ਗਾਦੀ ਕੋ ਮਾਲਿਕ, ਜਦੋਂ ਕੋਈ ਇੱਕ ਪੂਰਾ ਗੱਦੀ ਦਾ ਮਾਲਕ ਨਾ ਰਹਿ ਜਾਵੇਗਾ। ਧਨ ਹਿਤ ਅਪਰ ਬਨ ਹੈ ਤਤਕਾਲਿਕ, ਉਸ ਵੇਲੇ ਧਨ ਪ੍ਰਾਪਤ ਕਰਨ ਵਾਸਤੇ ਸੰਗਤਾਂ ਨੂੰ ਲੁੱਟਣ ਵਾਸਤੇ ਤਾਂ ਬਹੁਤ ਕੋਲੋਂ ਹੀ ਬਹੁਤ ਛੇਤੀ ਬਣ ਜਾਣਗੇ ਬੜੇ ਗੁਰੂ ਝੂਠੇ। ਸ਼ਕਤਹੀਨ ਜੇ ਹੋਏ ਗੁਰ ਔਰਾ, ਜੇ ਕੋਈ ਗੁਰੂ ਹੋਰ ਹੋਵੇਗਾ ਅਤੇ ਉਹ ਸ਼ਕਤੀ ਤੋਂ ਹੀਨ ਹੋਵੇਗਾ, ਜਿਹੜਾ ਕੋਈ ਬਣ ਵੀ ਗਿਆ ਹੋਵੇਗਾ ਤਾਂ ਕੱਚਾ ਪੀਲਾ ਹੀ ਨਾ, ਜੋ ਪੂਰਾ ਤਾਂ ਹੋਣਾ ਹੀ ਨਹੀਂ, ਜੇ ਤੁਸੀਂ ਨਾ ਕਿਸੇ ਨੂੰ ਬਖਸ਼ਿਸ਼ ਕੀਤੀ ਅਤੇ ਫਿਰ ਸ਼ਕਤਹੀਨ ਕੋਈ
ਜਦੋਂ ਗੁਰੂ ਹੋਵੇਗਾ ਫਿਰ ਉਦੋਂ ਹੋਰ ਗੁਰੂ ਬਣ ਜਾਵੇਗਾ। ਆਪਸ ਬਿਖੈ ਪਾਏ ਬੜ ਰੌਰਾ, ਇੱਕ ਸ਼ਕਤੀ ਨੂੰ ਹੋਵੇਗਾ ਇੱਕ ਹੋਰ ਬਰਾਬਰ ਬੈਠਾ, ਉਹ ਆਪਸ ਵਿੱਚ ਰੌਲਾ ਪਾਉਣਗੇ, ਉਹ ਇੱਕ ਦੂਜੇ ਦੀ ਖਿੱਲੀ ਉਡਾਉਣਗੇ, ਉਹ ਕਹੂਗਾ ਮੈਂ ਵੱਡਾ ਗੁਰੂ ਹਾਂ, ਦੂਜਾ ਕਹੂ ਮੈਂ ਵੱਡਾ। ਸਿਆਣੇ ਸਮਝ ਹੈ ਤਬ ਹਟ ਜਾਏ, ਸਿਆਣੇ ਜਿਹੜੇ ਹੋਣਗੇ ਵਿਰਲੇ ਟਾਵੇਂ ਟਾਵੇਂ, ਉਹ ਤਾਂ ਉਸ ਵੇਲੇ ਸਮਝ ਜਾਣਗੇ ਵੀ ਮਾਇਆ ਪਿੱਛੇ ਲੜੀ ਜਾਂਦੇ, ਕਾਹਦੇ ਗੁਰੂ ਆ, ਉਹ ਤਾਂ ਪਿੱਛੇ ਹਟ ਜਾਣਗੇ ਸਤਿਗੁਰੂ ਜੀ। ਇਮ ਗੁਰਸਿੱਖੀ ਜਗ੍ਹਾ ਬਿਲਾਏ, ਇਸ ਤਰ੍ਹਾਂ ਪਰ ਜਿਹੜੀ ਗੁਰਸਿੱਖੀ ਹੈ ਨਾ ਸੰਗਤ, ਉਹ ਜਗ੍ਹਾ ਬਿਲਾਏ, ਉਹ ਥਾਂ ਤੋਂ ਹਿੱਲ ਜਾਵੇ, ਇੱਕ ਭਰੋਸੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਦੂਰ ਹੋ ਜਾਵੇਗੀ। ਸ਼੍ਰੀ ਨਾਨਕ ਤੇ ਆਦਿਕ ਭਏ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਆਦਿਕ ਜਿੰਨੇ ਗੁਰੂ ਸਾਹਿਬਾਨ ਹੋਏ ਹਨ, ਜਗ ਮਹਿ ਸਿੱਖੀ ਕੋ ਦਿੜ ਕੀਏ, ਉਹਨਾਂ ਨੇ ਜਗਤ ਵਿੱਚ ਸਿੱਖੀ ਨੂੰ ਪ੍ਰਪੱਕ ਕੀਤਾ ਹੈ, ਹੋਰ ਅੱਜ ਹੋਰ ਕੱਲ ਹੋਰ, ਇਹ ਬੂਟੇ ਨੂੰ ਸਜਾਇਆ ਹੈ ਫਬਾਇਆ ਹੈ। ਸੋਨ ਹੈ ਬਿਨਸ ਹੈ ਜਿਮ ਜਗ ਮਾਹੀ, ਸੱਚੇ ਪਾਤਸ਼ਾਹ ਜੀ ਜਿਵੇਂ ਉਹ ਬੂਟਾ ਜਿਹੜਾ ਪ੍ਰਫੁੱਲਤ ਹੋ ਰਿਹਾ ਹੈ, ਹਜੇ ਇਹਨੂੰ ਪੰਜ ਕਕਾਰਾਂ ਦੀ ਪੇਂਦ ਚੜ੍ਹਨੀ ਹੈ ਦਸਵੇਂ ਸਰੂਪ ਵਿੱਚ, ਸੱਚੇ ਪਾਤਸ਼ਾਹ ਜੀ ਉਹ ਨਾ ਕਿਸੇ ਤਰੀਕੇ ਨਾਲ ਉਹਨੂੰ ਆਂਚ ਨਾ ਆਵੇ, ਹੁਣ ਜਿਵੇਂ ਕਿਵੇਂ ਉਚਿਤ ਕਰਨ ਕੇ ਹੋ ਵਿਧ ਤਾਹੀ, ਸੋ ਉਹ ਵਿਧੀ ਕਰਨ ਦੇ ਯੋਗ ਹੈ ਹੁਣ ਇਸ ਵੇਲੇ, ਆਪ ਜੀ ਇਉਂ ਨਾ ਗੁਰੂ ਦੀ ਅਗਵਾਈ ਦੇਣ ਤੋਂ ਬਿਨਾਂ ਹੀ ਨਾ ਸਾਡੇ ਕੋਲੋਂ ਵਿਛੋੜਾ ਪਾਵੋ, ਨਾ ਹੈ ਤਾਂ ਡੋਲ ਜਾਏਗੀ ਸੰਗਤ, ਨਹੀਂ ਤਾਂ ਮਹਾਰਾਜ ਜੀ ਸਾਰੀ ਸੰਗਤ ਡੋਲ ਜਾਵੇਗੀ। ਬੈਠਣ ਲਗ ਹੈ ਅਪਰ ਕੀ ਪੰਗਤ, ਤੇ